ਦੇਖੋ ਦੋਨੋ ਹੀ ਪੋਸਟਾਂ ਬੜੀਆਂ ਜ਼ਿੰਮੇਵਾਰੀ ਵਾਲੀਆਂ, ਇੱਕ ਤੇ ਸਿਕਿਉਰਿਟੀ ਚੈੱਕ ਕਰਨ ਦੀ, ਤੇ ਦੂਸਰੀ ਜਿਹੜੀ ਹੈ ਪਾਰਲੀਮੈਂਟ ਦੀ ਮੈਂਬਰ ਬਣ ਕੇ ਉਹਨੇ ਆਪਣੀ ਜ਼ਿੰਮੇਵਾਰੀ ਕਿੱਦਾਂ ਨਿਭਾਉਣੀ। ਕੰਗਣਾ ਰਣੌਤ ਸ਼ੁਰੂ ਤੋਂ ਲੈ ਕੇ ਬੜੇ ਵਿਵਾਦਾਂ ਵਾਲੇ ਬਿਆਨ ਦਿੰਦੀ ਰਹੀ, ਔਰ ਜੇ ਅੱਜ ਬੀਬਾ ਕੁਲਵਿੰਦਰ ਕੌਰ ਜੀ ਨੇ ਉਹਨਾਂ ਨੂੰ ਟੱਚ ਕੀਤਾ ਜਾਂ ਹਿੱਟ ਕੀਤਾ ਜਾਂ ਚਪੇੜ ਮਾਰੀ, ਮੈਂ ਤੇ ਉਹ ਵੀਡੀਓ ਤੇ ਨਹੀਂ ਦੇਖੀ ਕਿ ਚਪੇੜ ਮਾਰੀ ਹੈ ਕਿ ਨਹੀਂ ਮਾਰੀ, ਪਰ ਜਿਸ ਤਰ੍ਹਾਂ ਦਾ ਬਿਆਨ ਕੁਲਵਿੰਦਰ ਕੌਰ ਜੀ ਨੇ ਬਾਹਰ ਆ ਕੇ ਦਿੱਤਾ, ਉਹਨੇ ਕਿਹਾ ਕਿ ਮੇਰੀ ਜਿਸ ਵੇਲੇ ਔਰਤਾਂ ਸਾਡੀਆਂ ਕਿਸਾਨ ਧਰਮਾ ਲੱਗਾ ਸੀ ਤੇ ਉਸ ਵੇਲੇ ਜੋ ਧਰਨੇ ਤੇ ਬੈਠੀਆਂ ਹੋਈਆਂ ਸਨ, ਤੇ ਇਹਨੇ ਉਸ ਵੇਲੇ ਕਿਹਾ ਸੀ 100-100 ਰੁਪਏ ਤੇ ਵਿਕ ਕੇ ਔਰਤਾਂ ਜਾਂ ਖਰੀਦ ਕੇ ਔਰਤਾਂ ਨੂੰ ਉੱਥੇ ਬਿਠਾਇਆ ਹੋਇਆ, 100-100 ਰੁਪਇਆ ਦਿਹਾੜੀ ਲੈਣ ਵਾਲੀਆਂ ਔਰਤਾਂ ਉੱਥੇ ਬੈਠੀਆਂ ਹੋਈਆਂ, ਤੇ ਉਹਦੇ ਅੰਦਰ ਦਰਦ ਛਲਕ ਰਿਹਾ ਸੀਗਾ ਕਿ ਮੇਰੀ ਮਾਤਾ ਵੀ ਉਸ ਵੇਲੇ ਉੱਥੇ ਬੈਠੀ ਹੋਈ ਸੀ, ਤੇ ਮੈਨੂੰ ਇਹ ਦਰਦ ਹੈ, ਮੈਨੂੰ ਦੁੱਖ ਹੈ ਕਿ ਸਾਡੀ ਮਾਂ ਜਿੱਥੇ ਬੈਠੀ ਹੋਵੇ ਜਾਂ ਬਾਕੀ ਔਰਤਾਂ ਬੈਠੀਆਂ ਹੋਣ, ਉੱਥੇ ਇਹ ਬਿਆਨ ਦੇਣਾ ਇਹਦੇ ਵਾਸਤੇ ਸੋਭਨੀਕ ਨਹੀਂ ਸੀ। ਚਲੋ ਖੈਰ ਅੰਦਰ ਕੀ ਹੋਇਆ, ਚੈਕਿੰਗ ਹੋਈ, ਇਹ ਵੀ ਬਿਆਨ ਨਿਕਲ ਕੇ ਆਇਆ ਕਿ ਉਹਨੇ ਕਿਹਾ ਕਿ ਤੇਰੇ ਕੋਲ ਪਰਸ ਹੈ ਜਾਂ ਟੈਲੀਫੋਨ ਹੈ, ਇਹਨੂੰ ਸਕੈਨਿੰਗ ਜਿੱਥੇ ਹੁੰਦੀ ਹੈ ਉਹਦੇ ਵਿੱਚ ਰੱਖ ਦਿਉ। ਉਹਦੇ ਤੋਂ ਬਹਿਸ ਸ਼ੁਰੂ ਹੋਈ, ਬਹਿਸ ਵਿੱਚ ਕੀ ਆਪਸ ਵਿੱਚ ਗੱਲਬਾਤ ਹੋਈ, ਉਸ ਗੱਲਬਾਤ ਵਿੱਚੋਂ ਗੁੱਸਾ ਇਹ ਨਿਕਲਿਆ ਕਿ ਇਹਨੇ ਵੀ ਬਾਹਰ ਆ ਕੇ ਕਹਿ ਦਿੱਤਾ, ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਪਲ ਰਹੇ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਪਲ ਰਹੇ ਦੀ ਗੱਲ ਕਹਿਣਾ, ਇਹ ਸਾਰੇ ਪੰਜਾਬੀਆਂ ਵਾਸਤੇ ਇੱਕ ਬਹੁਤ ਵੱਡਾ ਸਾਨੂੰ ਇਹਨਾਂ ਨੇ ਤਕਲੀਫ ਦਿੱਤੀ ਹੈ, ਕਿਉਂਕਿ ਪੰਜਾਬੀ ਤੇ ਉਹ ਲੋਕ ਹੈ ਜਿਨ੍ਹਾਂ ਨੇ ਇਸ ਕੌਮ ਨੂੰ, ਇਸ ਦੇਸ਼ ਨੂੰ, ਇਸ ਪੰਜਾਬ ਦੀ ਧਰਤੀ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ। ਜੇ ਅੱਜ ਪੰਜਾਬ ਦੇ ਲੋਕ ਕੁਰਬਾਨੀਆਂ ਵਾਲੇ ਨਾ ਹੋਣ ਤੇ ਸ਼ਾਇਦ ਦੇਸ਼ ਨਾ ਬਚ ਸਕੇ। ਸਰਹੱਦਾਂ ਤੇ ਪੰਜਾਬੀ ਬੈਠੇ ਹੋਏ ਹੈ ਜਿਹੜੇ ਬਹੁਤ ਜੋਖਮ ਦਾ ਸਾਹਮਣਾ ਕਰਦੇ ਹੈ ਹਮੇਸ਼ਾ ਹੀ, ਤੇ ਇੱਕ ਜ਼ਿੰਮੇਵਾਰ ਪੋਸਟ ਉੱਤੇ ਬੈਠੀ ਇੱਕ ਔਰਤ ਜਾਂ ਇੱਕ ਲੀਡਰ ਇਹ ਗੱਲ ਕਵੇ, ਤੁਸੀਂ ਇਹ ਦੱਸੋ ਕਿ ਕੀ ਇਹਦੀ ਯੋਗਤਾ ਰੱਖਦੀ ਹੈ ਕਿ ਇਹ ਮੈਂਬਰ ਪਾਰਲੀਮੈਂਟ ਬਣੀ ਹੋਵੇ, ਇਹ ਸ਼ਬਦ ਬੋਲੇ। ਸੋ ਇੱਕ ਤੇ ਬੀਬਾ ਕੁਲਵਿੰਦਰ ਕੌਰ ਜੀ ਨਾਲ ਇਹ ਮਿਸਬਿਹੇਵ ਕੀਤਾ, ਉਹਨੂੰ ਇਹਨੇ ਤਕਲੀਫ ਦਿੱਤੀ, ਤੇ ਉਹ ਇੱਥੇ ਤੱਕ ਨੌਬਤ ਆਈ ਕਿ ਚਪੇੜ ਮਾਰੀ ਜਾਂ ਹਿੱਟ ਕੀਤਾ ਜਾਂ ਟੱਚ ਕੀਤਾ, ਕੀ ਅੰਦਰ ਹੋਇਆ ਉਹ ਗੱਲ ਦਾ ਮੈਨੂੰ ਪੂਰਾ ਨਹੀਂ ਪਤਾ, ਲੇਕਿਨ ਬਿਆਨਾਂ ਤੋਂ ਅਸੀਂ ਕਹਿ ਰਹੇ ਹਾਂ ਕਿ ਉਸ ਬੀਬਾ ਦੇ ਅੰਦਰ ਜਿਹੜਾ ਦਰਦ ਸੀਗਾ ਉਸ ਵੇਲੇ ਪੰਜਾਬ ਦੇ ਕਿਸਾਨਾਂ ਦਾ, ਉਹ ਛਲਕ ਰਿਹਾ ਸੀਗਾ। ਸੋ ਇਹ ਬੜੀ ਦੁਖਦਾਈ ਗੱਲ ਹੈ ਕਿ ਜ਼ਿੰਮੇਵਾਰ ਪਰਸਨੈਲਿਟੀ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਆਪਣਾ ਵੀ ਧਿਆਨ ਰੱਖਣਾ ਚਾਹੀਦਾ ਔਰ ਦੂਜੇ ਦੀ ਰਿਸਪੈਕਟ ਦਾ ਵੀ ਧਿਆਨ ਰੱਖਣਾ ਚਾਹੀਦਾ, ਬਾਕੀ ਪੰਜਾਬ ਦੀ ਅਣਖ ਤੇ ਗੈਰਤ ਨੂੰ ਵੰਗਾਰਨਾ ਨਹੀਂ ਚਾਹੀਦਾ। ਜਦੋਂ ਕੋਈ ਵੰਗਾਰੇਗਾ, ਪੰਜਾਬੀਆਂ ਦੀ ਫਿਤਰਤ ਹੈ ਕਿ ਵੰਗਾਰ ਚੱਲਦੇ ਨਹੀਂ, ਫਿਰ ਉਹਦੇ ਨਾਲ ਫਿਰ ਪੂਰਾ ਹਿਸਾਬ ਕਿਤਾਬ ਕਰ ਲੈਂਦੇ। ਸੋ ਮੈਂ ਸਮਝਦੀ ਹਾਂ ਕਿ ਇਹ ਘਟਨਾ ਨਹੀਂ ਸੀ ਹੋਣੀ ਚਾਹੀਦੀ, ਨਹੀਂ ਵਾਪਰਨੀ ਚਾਹੀਦੀ ਸੀ, ਪਰ ਇਹ ਜਿਹੜੀ ਇੱਕ ਮੈਂਬਰ ਪਾਰਲੀਮੈਂਟ ਹੈ ਉਹ ਇੱਕ ਈਗੋ ਬਣਾ ਕੇ ਚੱਲਦੀ ਹੈ ਜਦੋਂ, ਤੇ ਮੈਂ ਸਮਝਦੀ ਹਾਂ ਕਿ ਉਹਨੇ ਅੱਜ ਆਪਣਾ ਵੀ ਜਲੂਸ ਕਢਾਇਆ ਤੇ ਨਾਲ ਦੂਸਰੇ ਦੇ ਅੰਦਰ ਦਰਦ ਨੂੰ ਫਿਰ ਕਹਿੰਦੇ ਜ਼ਖਮ ਜਿਹੜੇ ਸੀ ਅੱਲੇ ਸੀ ਉਹ ਜ਼ਖਮਾਂ ਨੂੰ ਛਿਲ ਕੇ ਜਿਹੜਾ ਉਹਨੂੰ ਵੀ ਪੀੜਾ ਦਿੱਤੀ। ਅੱਜ ਸਾਰੇ ਪੰਜਾਬੀ ਕੀ ਦੇਸ਼ ਵਿੱਚ ਵਸਦੇ ਕਿਸਾਨਾਂ ਦੇ ਮਨ ਨੂੰ ਅੱਜ ਬੜੀ ਬੜੀ ਚੋਟ ਫਿਰ ਪਹੁੰਚੀ ਹੈ। ਮੈਂ ਸਮਝਦੀ ਹਾਂ ਕਿ ਇਹ ਟਾਲਿਆ ਜਾ ਸਕਦਾ ਸੀ, ਇਹ ਸਮਾਂ ਨਿਕਲ ਸਕਦਾ ਸੀ ਜੇ ਕਿਤੇ ਕੰਗਣਾ ਰਣੌਤ ਸੱਚਮੁੱਚ ਹੀ ਆਪਣੀ ਜ਼ਿੰਮੇਵਾਰੀ ਨੂੰ ਪਛਾਣ ਲਈ। ਜੀ ਜੇਕਰ ਗੱਲ ਕੀਤੀ ਜਾਵੇ ਨਿਰਪੱਖ ਜਾਂਚ ਤੋਂ ਇਲਾਵਾ, ਜਾਂਚ ਤੋਂ ਬਿਨਾਂ ਉਹਨਾਂ ਸਸਪੈਂਡ ਕਰ ਦਿੱਤਾ ਗਿਆ ਇੱਕ ਸਭ, ਉਹ ਤੁਸੀਂ ਕਿਵੇਂ ਦੇਖਦੇ ਹੋ ਅਤੇ ਕੀ ਜਾਂਚ ਹੋਣੀ ਚਾਹੀਦੀ?
ਚਲੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਥੇ ਕੀ ਘਟਨਾ ਵਾਪਰੀ ਹੈ, ਕਿਉਂਕਿ ਕੋਈ ਐਸੀ ਵੀਡੀਓ ਅਜੇ ਤੱਕ ਸਾਹਮਣੇ ਨਹੀਂ ਆਈ। ਮੇਰਾ ਖਿਆਲ ਹੈ ਕਿ ਕਿਸੇ ਨੇ ਵੀ ਸ਼ਾਇਦ ਦੇਖੀ ਹੋਵੇ ਕਿ ਜਿਹੜਾ ਉਹ ਚਪੇੜ ਦਾ ਮਸਲਾ ਕਹਿੰਦੇ ਹੈ, ਉਹ ਚਪੇੜ ਮਾਰੀ ਹੈ ਨਹੀਂ ਮਾਰੀ, ਜਾਂ ਤਾਂ ਉਹ ਕੁਲਵਿੰਦਰ ਕੌਰ ਜਵਾਬ ਦੇਵੇ, ਮਤਲਬ ਇਹਦਾ ਮਤਲਬ ਆਪਣੇ ਬਿਆਨ ਦੇਵੇ, ਉਹਦੇ ਬਿਆਨਾਂ 'ਚ ਕੀ ਆਉਂਦਾ, ਉਹਦੀ ਇਨਕੁਆਇਰੀ ਵਿੱਚ ਕੀ ਨਿਕਲਦਾ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਮੈਂ ਸਮਝਦੀ ਹਾਂ ਕਿ ਘਟਨਾ ਜਿਹੜੀ ਹੈ ਇਹ ਨਿੰਦਣਯੋਗ ਹੈ।